ਅੱਜ ਇੱਕ ਵਾਰ ਫੇਰ ਮੋਰਿੰਡਾ ਵਾਲਿਆਂ ਨੇ ਚੰਗਾ ਕੰਮ ਕਰਕੇ ਵਿਖਾਇਆ ਏ। ਮਾਪਿਆਂ ਨੂੰ ਮਿਲਿਆ 21 ਸਾਲਾਂ ਦਾ ਵਿਛੜਿਆ ਪੁੱਤ। ਰਸਤਾ ਭਟਕ ਕੇ ਪਹੁੰਚ ਗਿਆ ਸੀ ਮੋਰਿੰਡਾ। ਰੋਪੜ ਦਾ ਰਹਿਣ ਵਾਲਾ 21 ਸਾਲਾਂ ਦਾ ਜਸਕਰਨ, ਜੋ ਕਿ ਦਿਮਾਗੀ ਤੌਰ ਤੇ ਕਮਜ਼ੋਰ ਦੱਸਿਆ ਜਾ ਰਿਹਾ ਹੈ, ਰਸਤਾ ਭੁੱਲ ਕੇ ਕੱਲ ਮੋਰਿੰਡੇ ਪਹੁੰਚ ਗਿਆ, ਜਿਸ ਤੋਂ ਬਾਅਦ ਮੋਰਿੰਡੇ ਦੇ ਨਿਵਾਸੀਆਂ ਨੇ ਉਸ ਨੂੰ ਮੋਰਿੰਡਾ ਪੁਲਿਸ ਥਾਣੇ ਦੇ ਹਵਾਲੇ ਕੀਤਾ ਅਤੇ ਭਾਲ ਕਰਨ ਤੋਂ ਬਾਅਦ ਪੁਲਿਸ ਦਾ ਰਾਬਤਾ ਮਾਪਿਆਂ ਦੇ ਨਾਲ ਹੋ ਗਿਆ ਅਤੇ ਮੋਰਿੰਡਾ ਪੁਲਿਸ ਨੇ ਜਸਕਰਨ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ। ਜਸਕਰਨ ਸਿੰਘ ਦੀ ਮਾਤਾ ਨੇ ਦੱਸਿਆ ਹੈ ਕਿ ਅੱਗੇ ਵੀ ਉਹ ਰੋਪੜ ਦੇ ਵਿੱਚ ਘੁੰਮਦਾ ਰਹਿੰਦਾ ਸੀ, ਪਰੰਤੂ ਕੱਲ ਘਰੋਂ ਨਿਕਲ ਕੇ ਇਹ ਮੋਰਿੰਡਾ ਕਦੋਂ ਪਹੁੰਚਿਆ ਉਹਨਾਂ ਨੂੰ ਪਤਾ ਨਹੀਂ ਚੱਲਿਆ। ਬਾਅਦ ਦੇ ਵਿੱਚ ਕਾਫੀ ਪਰੇਸ਼ਾਨ ਹੋ ਰਹੀ ਸੀ। ਪੂਰੇ ਰੋਪੜ ਸ਼ਹਿਰ ਦੇ ਵਿੱਚ ਜਸਕਰਨ ਦੀ ਭਾਲ ਕੀਤੀ ਜਾ ਰਹੀ ਸੀ ਤੇ ਜਸਕਰਨ ਮੋਰਿੰਡਾ ਪਹੁੰਚ ਗਿਆ ਸੀ। ਜੇਕਰ ਮੋਰਿੰਡਾ ਦੇ ਵਸਨੀਕ ਚੰਗਾ ਕੰਮ ਨਾ ਕਰਕੇ ਵਿਖਾਉਂਦੇ ਤਾਂ ਮਾਪਿਆਂ ਨੂੰ ਉਹਨਾਂ ਦਾ 21 ਸਾਲਾਂ ਦਾ ਨੌਜਵਾਨ ਪੁੱਤ, ਜੋ ਕਿ ਦਿਮਾਗੀ ਤੌਰ ਤੇ ਪਰੇਸ਼ਾਨ ਹੈ, ਨਹੀਂ ਮਿਲ ਪਾਉਣਾ ਸੀ। ਖੌਰੇ ਅੱਗੇ ਜਸਕਰਨ ਕਿਤੇ ਹੋਰ ਚਲਿਆ ਜਾਂਦਾ, ਪਰ ਮੋਰਿੰਡੇ ਵਾਲਿਆਂ ਨੇ ਜਸਕਰਨ ਨੂੰ ਪੁਲਿਸ ਥਾਣੇ ਪਹੁੰਚਾ ਕੇ ਉਸ ਨੂੰ ਉਸਦੇ ਮਾਪਿਆਂ ਦੇ ਨਾਲ ਮਿਲਵਾ ਦਿੱਤਾ ਹੈ। ਮੋਰਿੰਡੇ ਵਾਸੀਆਂ ਦਾ ਉਸ ਜਸਕਰਨ ਦੀ ਮਾਤਾ ਅਤੇ ਪਿਤਾ ਧੰਨਵਾਦ ਕਰ ਰਹੇ ਨੇ। ਆਓ ਸੁਣਦੇ ਹਾਂ। ਕੱਲ ਗਿਆ ਸੀ ਜੀ 11:30 ਵਜੇ। ਫਿਰ ਤੁਸੀਂ ਕੋਈ ਕੰਪਲੇਂਟ ਕੀਤੀ? ਹਾਂਜੀ, ਅਸੀਂ ਘੁੰਮਦੇ ਰਹੇ, ਫਿਰ ਰਾਤ ਕਰੀ ਰੋਪੜ ਸਾਹਿਬ। ਤੁਹਾਨੂੰ ਥਾਣੇ 'ਚੋਂ ਪਤਾ ਲੱਗਿਆ ਵੀ ਮੋਰਿੰਡੇ ਥਾਣੇ? ਨਹੀਂ ਜੀ, ਨਹੀਂ, ਸਾਨੂੰ ਥਾਣੇ ਵਾਲਿਆਂ ਨੇ ਕੁਛ ਪਤਾ ਨਹੀਂ। ਅੱਛਾ ਜੀ। ਉਹ ਤਾਂ ਬਸ ਫੋਟੋਆਂ ਫੋਟੋਆਂ ਕਰਦੇ ਰਹੇ, ਸਵੇਰੇ ਵੀ ਨਿਕਾਲਦੇ ਰਹੇ। ਉਦੋਂ ਵੀ ਭਾਅ ਜੀ ਉਹਨਾਂ ਨੂੰ ਗਰੁੱਪ 'ਚ ਸੈਂਡ ਕਰਿਆ, ਉਹਨਾਂ ਨੇ ਫਿਰ ਇਹਨਾਂ ਨੂੰ ਗਰੁੱਪ ਅੱਗੇ ਕਰਿਆ, ਇਹਨਾਂ ਨੇ ਉਹ ਕਰਿਆ। ਤਾਂ ਪਤਾ ਲੱਗਿਆ ਪਹਿਲਾਂ ਵੀ ਕਦੇ ਚਲੇ ਜਾਂਦਾ ਜੀ ਇਹ? ਹਾਂਜੀ, ਉੱਥੇ ਰੋਪੜ ਦਾ ਘੁੰਮਦਾ ਰਹਿੰਦਾ, ਆ ਜਾਂਦਾ, ਵਾਪਸ ਰੋ ਜਾਂਦਾ। ਪਰ ਖਾਨ ਬੂੜਾ ਹੱਟ ਦੇ ਮੂਹਰੇ 'ਤੇ ਜੀ ਅਸੀਂ ਉਹਨੇ ਤੇ ਬੰਦ ਕਰਨ ਲੱਗੇ ਤੇ ਜੀ ਸ਼ਟਰ ਸੱਟਿਆ ਦਾ, ਅਤੇ ਫਿਰ ਇਹ ਸੜਕ ਪਾਰ ਕਰਕੇ ਭੱਜਿਆ ਆਉਂਦਾ ਤਾ, ਅਤੇ ਅਸੀਂ 5-6 ਜਣੇ ਤੇ, ਅਤੇ ਫਿਰ ਅਸੀਂ ਇਹਨੂੰ ਪੁੱਛਿਆ ਗਿਰਦਾ ਜਾਂ ਫਿਰਦਾ ਸੀ, ਅਸੀਂ ਕਿਹਾ ਵੀ ਹਾਨੀ ਕੋਈ ਨਸ਼ਾ ਕਰਿਆ ਹੋਇਆ, ਫਿਰ ਪੁੱਛਿਆ ਇਹਨੂੰ ਸਮਝ ਕੋਈ ਆਵੇ ਨਾ ਨਾ, ਅਸੀਂ ਪਿੰਡ ਪੁੱਛਿਆ ਇਹਨੂੰ ਵੀ ਕਿੱਥੇ ਦਾ ਹੈ ਕਿੱਥੇ ਦਾ ਨਹੀਂ, ਕੁਛ ਨਹੀਂ ਦੱਸਿਆ ਇਹਨੇ। ਫਿਰ ਕਹਿੰਦਾ ਮੈਂ ਪਾਣੀ ਪੀਣਾ, ਫਿਰ ਇਹਨੂੰ ਪਾਣੀ ਦਿੱਤਾ, ਫਿਰ ਉਹਨੇ ਥਾਣੇ ਫੋਨ ਕਰਿਆ ਜੀ, 112 ਨੰਬਰ 'ਤੇ ਵੀ ਫੋਨ ਕਰਿਆ, 100 ਨੰਬਰ 'ਤੇ ਫੋਨ ਕਰਿਆ, ਫਿਰ ਜਾਂ ਕਿਸੇ ਪਾਸੇ ਨੇ ਕੋਈ ਆਇਆ ਹੀ ਨਾ। 1.5 ਘੰਟਾ ਅਸੀਂ ਉਡੀਕਦੇ ਰਹੇ, ਫਿਰ ਅਸੀਂ 1:30 ਵਜੇ ਉਰੇ ਆ ਕੇ ਥਾਣੇ ਛੱਡ ਕੇ ਗਏ ਜੀ ਇਹਨੂੰ ਰਾਤ। ਇਹਨਾਂ ਨਾਲ ਕਦੋਂ ਸੰਪਰਕ ਹੋਇਆ ਤੁਹਾਡਾ? ਤੁਹਾਡਾ ਸੰਪਰਕ ਨਹੀਂ, ਇਹਦਾ ਫੋਨ ਗਿਆ ਜੀ ਮੇਰੇ ਕੋਲ ਸਵੇਰੇ 7 ਵਜੇ, ਕਹਿੰਦੇ ਵੀ ਉਹ ਬੇਟੇ ਦਾ ਬੱਚੇ ਦਾ ਕਹਿੰਦਾ ਪਤਾ ਲੱਗ ਗਿਆ ਵੀ ਰੋਪੜ ਕੋਲ ਦਾ ਉਹ, ਵੀ ਤੁਸੀਂ ਥਾਣੇ ਆ ਸਕਦੇ ਹੋ। ਮੈਂ ਵੀ ਕੋਈ ਨਹੀਂ, ਸਾਨੂੰ ਫੋਨ ਕਰ ਦਿਓ ਵੀ ਅਸੀਂ ਆ ਜਾਵਾਂਗੇ ਥਾਣੇ। ਜਿਹੜੇ ਰਾਹਗੀਰ ਸੀ ਜਿਹਨਾਂ ਦੇ ਕਿਸਾਨ ਹੱਟ ਨਵਾਂ ਰੈਸਟੋਰੈਂਟ ਖੋਲ੍ਹਿਆ ਰਾਧਾ ਸਵਾਮੀ ਰੋਡ 'ਤੇ, ਕੋਈ ਮੈਂਟਲੀ ਅਪਸੈਟ ਸੀ ਮੁੰਡਾ ਜਸਕਰਨ ਸਿੰਘ ਜਿਹੜਾ ਕਿ ਰੋਪੜ ਤੋਂ ਕੱਲ੍ਹ ਗੁਆਚਿਆ ਹੋਇਆ ਸੀਗਾ, ਉਹਦੀ ਉਮਰ ਕਰੀਬ 20 ਸਾਲ ਦੀ ਕਰੀਬ ਉਮਰ ਹੈਗੀ ਹੈ। ਉਹ ਰਾਤ 11:12 ਵਜੇ ਦੀ ਗੱਲ ਆ, ਉਹਨਾਂ ਨੇ ਮਤਲਬ ਲਵਾਰਿਸ ਹੁੰਦਾ ਦੇਖਿਆ ਅਤੇ ਉਸ ਤੋਂ ਬਾਅਦ ਮੁੜ ਕੇ ਥਾਣੇ ਲਿਆਏ ਸੀ ਉਹਨੂੰ, ਅਤੇ ਉਹ ਜਿਹੜਾ ਮੁੰਡਾ ਸੀਗਾ ਉਹਨੂੰ ਫਿਰ ਅਸੀਂ ਮਤਲਬ ਅੱਗੇ ਉਹਦੀ ਭਾਲ ਕਰਕੇ ਉਹਦੇ ਜਿਹੜੇ ਘਰਦਿਆਂ ਦੇ ਹਵਾਲੇ ਕੀਤਾ, ਉਹਦੇ ਘਰਦੇ ਆਏ ਹੋਏ ਨੇ ਅਤੇ ਉਹਨਾਂ ਦੇ ਹਵਾਲੇ ਅਸੀਂ ਕਰ ਦਿੱਤਾ, ਜਦੋਂ ਕਿ ਮੈਂ ਪੇਪਰ ਨਹੀਂ ਅਪਸੈਟ ਹੈਗਾ। ਸੋ ਇੱਦਾਂ ਹੀ ਭੁੱਲਦਾ ਭਟਕਦਾ ਜਿਹੜਾ ਹੈ ਇੱਦਾਂ ਮਰਿੰਡੇ ਦਾ ਖਾ ਗਿਆ ਸੀਗਾ, ਉਹਨਾਂ ਦੇ ਘਰਦਿਆਂ ਨੂੰ ਐਨ ਕਰਕੇ ਉਹਨਾਂ ਸਪੋਰਟ ਕਰਕੇ ਫਿਰ ਘਰ ਹੀ ਲੈ ਜਾਂਦਾ।